ਪੰਜਾਬ ਸਰਕਾਰ ਨੇ ਜਿਹੜੀਆਂ ਸ਼ਿਕਾਇਤ ਨਿਵਾਰਨ ਕਮੇਟੀਆਂ ਬਣਾਈਆਂ ਨੇ, ਜਿਹੜਾ ਪੇਪਾ ਪੋਚੀ ਕੀਤੀ ਹੈ, ਪਹਿਲੀ ਵਾਰੀ ਹੈ ਜਦੋਂ ਵਿਰੋਧੀ ਪਾਰਟੀਆਂ ਦਾ ਕੋਈ ਵੀ ਨੁਮਾਇੰਦਾ ਸ਼ਿਕਾਇਤ ਨਿਵਾਰਨ ਕਮੇਟੀਆਂ ਵਿੱਚ ਨਹੀਂ ਲਿਆ ਗਿਆ। ਪਰ ਇਹਨਾਂ ਬੰਦੇ ਰਿਊੜੀਆਂ ਮੁੜ ਮੁੜ ਕਰਦਿਆਂ ਨੂੰ ਬੜੀ ਗੱਲ ਆ, ਅਤੇ ਆਪਣਿਆਂ ਨੂੰ ਹੀ ਵੰਡ ਕੇ ਆਪਣੇ ਹੀ ਪਾਰਟੀ ਦੇ ਲੋਕਾਂ ਨੂੰ ਉਹਨਾਂ ਕਮੇਟੀਆਂ ਵਿੱਚ ਪਾ ਕੇ ਸਰਕਾਰ ਆਪਣੇ ਮੂੰਹ ਮੀਆਂ ਮੁੱਠੀ ਬਣਨਾ ਚਾਹੁੰਦੀ ਹੈ। ਅਤੇ ਜਦੋਂ ਕਿ ਜ਼ਰੂਰਤ ਇਸ ਗੱਲ ਦੀ ਹੁੰਦੀ ਆ ਕਿ ਵਿਰੋਧੀ ਧਿਰਾਂ ਨੂੰ ਲਾਜ਼ਮੀ ਤੌਰ 'ਤੇ ਨੁਮਾਇੰਦਗੀ ਦਿੱਤੀ ਜਾਂਦੀ ਆ, ਤਾਂ ਕਿ ਹੇਠਲੇ ਪੱਧਰ 'ਤੇ ਸ਼ਿਕਾਇਤਾਂ ਜਿਹੜੀਆਂ ਨੇ ਸਰਕਾਰ ਦੇ ਧਿਆਨ 'ਚ ਲਿਆਉਂਦੀਆਂ ਜਾਣ ਸਕਣ, ਅਤੇ ਸਰਕਾਰ ਉਹਨਾਂ ਦਾ ਨਿਪਟਾਰਾ ਨਿਰਪੱਖਤਾ ਨਾਲ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਿਰੋਲ ਪੱਖਪਾਤੀ ਰਵੱਈਆ ਅਪਣਾ ਕੇ ਆਪਣੀ ਇੱਕ ਪਾਰਟੀ ਸਿਸਟਮ ਦੇ ਹਿਸਾਬ ਨਾਲ ਹੀ ਚੱਲਦੀ ਹੈ ਕਿ ਸਰਕਾਰ ਦੇ ਤੌਰ 'ਤੇ ਨਹੀਂ ਚੱਲ। ਇੱਕ ਪੈਸਾ ਸਿੱਖਾਂ ਦੇ ਬਾਹਰੀ ਵਿਦੇਸ਼ੀ ਹਮਲਿਆਂ 'ਚ ਹਜੇ ਵੀ ਕੋਈ ਰੁਕ ਨਹੀਂ ਰਹੇ ਜੀ, ਬਾਹਰਲੀ ਸਟੇਟਾਂ ਦੇ ਵਿੱਚ ਬਹੁਤ ਹੋ ਰਹੇ ਨੇ। ਦੇਖੋ, ਸਿੱਖਾਂ ਦੀ ਅੱਡਰੀ ਪਹਿਚਾਣ, ਅੱਡਾ ਕਿਰਦਾਰ, ਅੱਡਾ ਜੋ ਸਹਿਚਾਰ ਵਾਤਾਵਰਨ ਦੁਨੀਆ ਭਰ ਵਿੱਚ ਇੱਕ ਬਣਾ ਕੇ ਰੱਖਿਆ ਹੋਇਆ, ਉਹਦੇ ਕਦੇ ਨਾ ਕਦੇ ਸਵਾਲ ਉੱਠਦੇ ਨੇ ਕੁਛ ਲੋਕਾਂ ਵੱਲੋਂ। ਜਿਸ ਤਰ੍ਹਾਂ ਪਹਿਚਾਣ ਦਾ ਮਸਲਾ ਕਈ ਵਾਰ ਸਾਹਮਣੇ ਆਇਆ, ਔਰ SGPC ਵੱਲੋਂ ਵੀ, ਸਿੱਖ ਸੰਸਥਾਵਾਂ ਵੱਲੋਂ ਵੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ, ਔਰ ਭਾਰਤ ਸਰਕਾਰ ਵੱਲੋਂ ਆਰਡਰ ਦੇਸ਼ਾਂ ਨੂੰ ਚਿੱਠੀਆਂ ਵੀ ਉਹਨਾਂ ਦੀ ਵੈਸੀ ਦੇ ਵਿੱਚ ਭੇਜੀਆਂ ਗਈਆਂ ਨੇ ਕਿ ਸਿੱਖਾਂ ਦੀ ਅੱਡਰੀ ਪਹਿਚਾਣ, ਅੱਡਰਾ ਮਤਲਬ ਜੋ ਕਿਰਦਾਰ ਹੈ, ਆਚਰਨ ਹੈ ਉਹਦੀ, ਔਰ ਇਤਿਹਾਸ ਹੈ ਜੋ ਸਿੱਖਾਂ ਦਾ, ਉਹਦੀ ਜਾਣਕਾਰੀ ਆਪਣੇ ਆਪਣੇ ਦੇਸ਼ਾਂ ਵਿੱਚ ਜ਼ਰੂਰ ਦਿੱਤੀ ਜਾਵੇ। ਅਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਈ ਵਾਰੀ ਇਸ ਗੱਲ ਦੀ ਕੋਸ਼ਿਸ਼ ਕੀਤੀ ਆ ਕਿ ਇਹਦੇ ਲਈ ਹੋਰ ਵੀ ਸਾਰੂ ਯਤਨ ਹੋਣ, ਤਾਂ ਕਿ ਇਸ ਕਿਸਮ ਦੇ ਜਿਹੜੇ ਨਸਲੀ ਹਮਲੇ ਨੇ। ਪ੍ਰੋਫੈਸਰ ਸਾਹਿਬ, ਇੱਕ ਸੰਗਰੂਰ 'ਚ ਜਿਹੜਾ ਬੱਚਾ ਗਿਰਿਆ ਸੀ, ਉੱਥੇ ਕਾਂਗਰਸ ਸਰਕਾਰ ਫੇਲ ਹੋਈ ਹੈ ਬੱਚੇ ਨੂੰ ਕੱਢਣ 'ਚ, ਅਤੇ ਲੋਕਾਂ ਨੂੰ ਕਾਫੀ ਰੋਸ ਪਾਇਆ ਜਾ ਰਿਹਾ, ਉਹਦੇ ਬਾਰੇ ਤੁਸੀਂ? ਦੇਖੋ, ਭਗਵਾਨਪੁਰਾ ਪਿੰਡ ਜਿਹੜਾ ਸੰਗਰੂਰ ਦੇ ਵਿੱਚ ਆ, ਉੱਥੇ ਫਤਿਹਵੀਰ ਦਾ ਜਿਹੜਾ ਬੋਰਵੈਲ ਦੇ ਵਿੱਚ ਡਿੱਗਣਾ ਅਤੇ ਉਹਦੀ ਮੌਤ ਹੋਣੀ, ਉਹ ਕੁਦਰਤੀ ਤੌਰ 'ਤੇ ਸਿਸਟਮ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ। ਜਦੋਂ ਅਸੀਂ ਅੱਜ ਦੇ ਵਿਗਿਆਨ ਦੇ ਯੁੱਗ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੂਜੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ 'ਤੇ ਸਰਕਾਰਾਂ ਹਰਕਤ ਵਿੱਚ, ਪ੍ਰਸ਼ਾਸਨ ਹਰਕਤ ਵਿੱਚ ਆਉਣ ਦੀਆਂ ਗੱਲਾਂ ਕਰਦੇ ਹਾਂ, ਤਾਂ ਕੁਦਰਤੀ ਤੌਰ 'ਤੇ ਸਾਨੂੰ ਨਿਊਜ਼ ਹੋਣੇ ਹੋਣਾ ਪੈਂਦਾ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਵੱਲੋਂ ਇਸ ਘਟਨਾ 'ਤੇ ਜ਼ਰਾ ਭਰ ਵੀ ਧਿਆਨ ਨਹੀਂ ਦਿੱਤਾ ਗਿਆ, ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਇੱਕ ਆਮ ਤੌਰ 'ਤੇ ਕੈਜੂਅਲ ਤੌਰ 'ਤੇ ਹੀ ਇਸ ਅਹਿਮ ਘਟਨਾ ਨੂੰ ਲਿਆ ਗਿਆ, ਅਤੇ ਇਸ ਕਰਕੇ ਜਿਹੜੀ ਮਨਭਾਗੀ ਘਟਨਾ ਵਾਪਰੀ ਆ, ਫਤਿਹਵੀਰ ਨੂੰ ਸਮਾਜ ਜਿਹੜਾ ਹੈ ਬਚਾ ਨਹੀਂ ਪਾਇਆ ਆਪਣੇ ਮਾਪਿਆਂ ਤੱਕ ਜਾਣ।